ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ 'ਚ ਪੈਂਦੀ ਸਿੱਧਵਾਂ ਡਿਫੈਂਸ ਡਰੇਨ ਵਿੱਚ ਬੀਤੀ ਰਾਤ ਇੱਕ ਸਵਿਫਟ ਗੱਡੀ ਸੰਤੁਲਨ ਵਿਗੜਨ ਕਰਕੇ ਡਰੇਨ ਵਿੱਚ ਜਾ ਡਿੱਗੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਮਲੇਰਕੋਟਲਾ ਤੋਂ ਖਾਲੜਾ ਆ ਰਿਹਾ ਸੀ। ਸਿੱਧਵਾਂ ਡਿਫੈਂਸ ਡਰੇਨ 'ਤੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਅਤੇ ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਚੈਕਿੰਗ ਲਈ ਰੋਕਣ ਲਈ ਟੌਰਚ ਮਾਰੀ ਤਾਂ ਟੌਰਚ ਦੀ ਰੌਸ਼ਨੀ ਉਸ ਦੀਆਂ ਅੱਖਾਂ ਵਿੱਚ ਪੈਣ ਕਰਕੇ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਗੱਡੀ ਸਮੇਤ ਡਰੇਨ ਵਿੱਚ ਜਾ ਡਿੱਗਾ। ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਾਂ ਇਸ ਹਾਦਸੇ ਵਿੱਚ ਬਚ ਗਿਆ ਪਰ ਉਸ ਦੀ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ। ਵੀਰ ਜੀ ਕੀ ਨਾਮ ਹੈ ਆਪਣਾ? ਰਵਿੰਦਰ ਸਿੰਘ। ਰਵਿੰਦਰ ਸਿੰਘ ਜੀ, ਆਹ ਜਿਹੜੀ ਗੱਡੀ ਡਿੱਗੀ ਹੈ ਤੁਹਾਡੀ ਹੈ? ਇਹ ਭਾਈ ਪੁਲਿਸ ਵਾਲਿਆਂ ਨੇ ਲੈਟ ਮਾਰੀ, ਮੈਂ ਉੱਧਰੋਂ ਲੱਗ ਗਿਆ ਹਾਂ ਅਤੇ ਮੈਂ ਮੁੜ ਕੇ ਉੱਧਰ ਤਾਰ ਸੀ। ਕਿਹੜਾ ਪਿੰਡ ਹੈ ਆਪਣਾ? ਮਾੜੀ ਗੌਰ ਸਿੰਘ। ਕਿਹੜੀ ਜਗ੍ਹਾ ਤੋਂ ਆਉਂਦੇ ਸੀਗੇ? ਮੈਂ ਵੀਰ ਜੀ ਮਲੇਰਕੋਟਲੇ ਤੋਂ ਹੋ ਗਏ ਅਤੇ ਖਾਲੜ ਹਾਂ, ਖਾਲੜਿਓ ਪਿੰਡ ਜਾ ਰਿਹਾ। ਕਿੰਨੇ ਕੁ ਵਜੇ ਦੀ ਗੱਲ ਹੈ? 9:30। ਅਤੇ ਜਦੋਂ ਗੱਡੀ ਡਿੱਗਦੀ ਹੈ ਮੁੜ ਕੇ ਮੁਲਾਜ਼ਮ ਤੁਹਾਨੂੰ ਕੱਢਦੇ ਆ? ਕੀ ਹੁਣ ਗੱਡੀ ਕੱਢੀ ਆ ਅਤੇ ਹੁਣ ਮੁਲਾਜ਼ਮਾਂ ਕੀ ਆਖਿਆ ਸੀਗਾ ਤੁਹਾਨੂੰ? ਉਹ ਆਉਂਦੇ ਵੀ ਆਣ ਕੇ ਅਸੀਂ ਗੱਡੀ ਚੈੱਕ ਕਰਨੀ ਆ। ਕਾਰਨ? ਇਹਦੇ ਵਿੱਚ ਕੋਈ ਹੋ ਸਕਦਾ, ਤੁਸੀਂ ਭਜਾਈ ਜਾਣ ਕੇ। ਅਤੇ ਤੁਸੀਂ ਜਦੋਂ ਨਹਿਰ 'ਚੋਂ ਬਾਹਰ ਨਿਕਲੇ ਜੋ ਰਾਤ, ਉਦੋਂ ਤੁਸੀਂ ਕਿਹਾ ਨਹੀਂ ਵੀ ਤੁਸੀਂ ਮੇਰੇ ਅੱਖਾਂ 'ਚ ਟਾਰਚਾਂ ਕਿਉਂ ਮਾਰਦੇ ਜੋ? ਨਹੀਂ, ਮੈਂ ਉਹਨਾਂ ਨੂੰ ਇਹ ਗੱਲ ਕੀ ਮੰਗ ਕਰਦੇ ਜੋ? ਜਿਵੇਂ ਇੱਥੇ ਰਿਫਲੈਕਟਰ ਵੀ ਨਹੀਂ ਹੈਗੇ ਭਾਅ ਜੀ, ਇੱਥੇ ਸੇਫਟੀ ਚਾਹੀਦੀ ਆ, ਰੋਜ਼ ਐਕਸੀਡੈਂਟ ਹੁੰਦੇ ਆ। ਅੱਜ ਤਾਂ ਚਲੋ ਮੈਂ ਬਚ ਗਿਆ ਜੀ, ਹੋਰ ਕਿਸੇ ਦਾ ਪੁੱਤ ਜਾਊਗਾ ਕੋਈ ਫਾਇਦਾ ਨਹੀਂ। Subscribe to One India channel and never miss an update.